ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਇਹ ਭੈਣ ਸੋਨੀਆ ਸ਼ਰਮਾ ਜੀ ਪੰਚਕੂਲੇ ਦੇ ਰਹਿਣ ਵਾਲੇ ਨੇ। ਤੁਸੀਂ ਦੇਖਿਆ 9 ਮਈ ਨੂੰ ਮਾਤਾ ਜੀ ਆਪਣੀ ਬੇਟੀ ਨੂੰ ਲੈ ਕੇ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਜਿਹੜਾ ਕੈਂਪ ਲਾਇਆ ਜਾਂਦਾ ਵਾ, ਉਹਦੇ ਵਿੱਚ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਸਾਡੇ ਕੋਲ ਦਵਾਈ ਦਵਾਉਣ ਵਾਸਤੇ, ਇਲਾਜ ਵਾਸਤੇ ਲੈ ਕੇ ਆਏ ਸੀ। ਘਰ ਦੀਆਂ ਸਿਚੁਏਸ਼ਨਾਂ ਕਾਰਨ ਭੈਣ ਦੀ ਸਰੀਰਕ ਹਾਲਤ ਇੱਦਾਂ ਦੀ ਬਣੀ ਪਈ ਸੀ। ਇਹਨਾਂ ਦੇ ਪਿਤਾ ਜੀ, ਭੈਣ ਦੇ ਬਹੁਤ ਵੱਡੇ ਵੱਡੇ ਵਾਲ ਸੀ, ਜਟਾਵਾਂ ਬਣੀਆਂ ਪਈਆਂ ਸੀ, ਜਿਨ੍ਹਾਂ ਨੂੰ ਪਰਿਵਾਰ ਇੱਕ ਦਿਨ ਪਹਿਲਾਂ ਰਾਤ ਨੂੰ ਕੱਟ ਕੇ ਸਾਡੇ ਕੋਲ ਲੈ ਕੇ ਆਇਆ ਸੀ। ਨਹਾਉਂਦੀ ਨਹੀਂ ਸੀ, ਬੜੇ ਲੰਬੇ ਸਮੇਂ ਤੋਂ ਪਈ ਰਹਿੰਦੀ ਸੀ। ਤੁਸੀਂ ਦੇਖ ਸਕਦੇ ਹੋ ਬਾਹਾਂ ਦੇ ਜ਼ਖਮ ਸੀ ਬਹੁਤ ਵੱਡੇ ਵੱਡੇ, ਕਾਫੀ ਜ਼ਿਆਦਾ ਪ੍ਰੋਬਲਮ ਆਈ ਹੋਈ ਸੀ। ਪਰ ਤੁਹਾਡੀਆਂ ਅਰਦਾਸਾਂ ਅਤੇ ਦੁਆਵਾਂ ਸਦਕਾ, ਕਾਲਪੁਰਖ ਵਾਹਿਗੁਰੂ ਦੀ ਮਿਹਰ ਸਦਕਾ, ਇਲਾਜ ਦੇ ਨਾਲ ਭੈਣ ਅੱਜ ਬਿਲਕੁਲ ਠੀਕ ਠਾਕ ਨੇ। ਅੱਜ 2 ਜੂਨ ਆ, ਭੈਣ ਆਪਣੇ ਘਰ ਜਾ ਰਹੀ ਆ, ਭੈਣ ਦਾ ਪਰਿਵਾਰ, ਤੁਸੀਂ ਕੀ ਲੱਗਦੇ ਹੋ ਜੀ? ਚਾਚਾ ਜੀ ਨੇ, ਇਹ ਬ੍ਰਦਰ ਆ ਭੈਣ ਦਾ, ਲੈਣ ਵਾਸਤੇ ਆਏ ਹੋਏ ਨੇ। ਇਲਾਜ ਆ ਜਿਹੜਾ ਚੱਲ ਰਿਹਾ ਵਾ, ਕੈਂਪ ਦਰ ਕੈਂਪ ਅੱਗੇ ਪਰਿਵਾਰ ਸਾਡੇ ਕੋਲ ਦਵਾਈ ਲੈਣ ਵਾਸਤੇ ਆਉਂਦਾ ਰਹੂਗਾ। ਅਰਦਾਸ ਕਰਿਓ ਭੈਣ ਸੋਨੀਆ ਸ਼ਰਮਾ ਦੀ ਆਉਣ ਵਾਲੀ ਜ਼ਿੰਦਗੀ ਆ ਜਿਹੜੀ, ਉਹ ਤੰਦਰੁਸਤੀ ਭਰੀ ਹੋਵੇ। ਇਸ ਭੈਣ ਨੂੰ ਅਤੇ ਇਸ ਪਰਿਵਾਰ ਨੂੰ ਤੁਹਾਡੀਆਂ ਅਰਦਾਸਾਂ ਅਤੇ ਦੁਆਵਾਂ ਦੀ ਲੋੜ ਆ। ਅਰਦਾਸ ਕਰਿਓ ਕਾਲਪੁਰਖ ਵਾਹਿਗੁਰੂ ਇਸ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਕਾਲਪੁਰਖ ਵਾਹਿਗੁਰੂ ਸਰਬੱਤ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣੇ ਠੀਕ ਹੋ? ਘਰ ਜਾਣਾ ਚਾਹਤੇ ਹੋ? ਦਵਾਈ ਲਿਆ ਕਰੋਗੇ ਘਰ ਜਾ ਕੇ? ਐਕਸਰਸਾਈਜ਼ ਕਰਿਆ ਕਰੋਗੇ? ਕਰਨੀ ਹੈ। ਠੀਕ ਹੋਣਾ ਚਾਹੁੰਦੇ ਹੋ? ਬੇਬੇ ਠੀਕ ਆ? ਭੈਣ ਹੁਣ ਠੀਕ ਹੈ?